मनप्रीत की गल होगी तो की कहता कुड़के ओ जवाका की गल क्यों मरी इन्हें कुड़ी दे ना तेनू शर्म नहीं आती हेलो हेलो सस्रीकाल भेने सस्रीकाल वीरे किवें आ बस ठीक ही आ भेने आए जे क्यों बोलदा की हो गया ओ होणा तां ओही काम हो गया सी दा दर्द सी बापू दे दर्द नहीं हुंदा हुंदा सी पथरी दा गुरदे च हां तो इक्के दा रात फेर होण लग गया ते मैं दा उन चाक्या सदा च लई बैठा 100 रुपया मांग लिया मेरे कोले 50000 रुपये गए ते मैं तैनूं तां फोन लाया सी 50000 दा हल करके ले एदे च किड्डी क गल है तेरी भैन का दे ले है आजी तू मेरे तो पैसे फड़ के ले जी करो मरती तो मैं इतू नहीं आया है ना मैं ना किसी मुंडे नू भेजूंगा मेरे दोस्त नू मैं ता फिर इतू डॉक्टर कोले नू छट के डैडी नू आ नहीं सकदा चल कोई नहीं तू किसी मुंडे नू भेज दी चल ठीक है मैं नू घर पता दस दूंगा सारा चंगा हाँ। एक बारी तू भाई नू पूछ ली कि मुड़ के ओही गल हो जाए लाभ लिया आप पैसे जरूर मोड़ांगे ना तो तेरा भाई घरे है ते ना उहनां नू पूछण दी लोड़ है कोई नहीं आपां नू लोड़ है तू घरों आके पैसे ले जी चंगा चल डैडी दा ध्यान रखी चंगा मिल गई स्कीम ता छिती छिती जाके मम्मी नू दसा मैं मम्मी मम्मी स्कीम मिल गई केड़ी स्कीम ओ भूआ नू घरों कढ़न दी समझगी ना मम्मी हुण जिवें जिवें मैं करी जाऊंगी ना बस उवें पिछे पिछे चली चली फिर देखी अपना राह चलूगा इह कत्ते इन्हां दे नहीं झाड़ू कढ लवा मैं चाह दी कुट कर दी कुत्तिया दुध पाता सी सस्रीकाल भाई होर राजपाल अंदर ही सी ठीक है अपने दसो ठीक है होर तुसी ठीक रहने मोटे जेडे गुस्से गिले चल दे दूर करे आने अपने ना ना भाजी साडे तां कादे गुस्से गिले है रिश्तेदारां नाल कादे करने आ गुस्से गिले चलो भैन जी चलदा ही रहिंदा माड़ा मोटा तां शाम तेरी भी कराई सी बस तेन पता ही बुढ़िया का जेहे जा दिमाग हुंदा जा वरत दिंदियां बाकी आपां वरत नहीं इन्ने टाइम तो लगे तुसीं पहले कड़े आए सी चलो इस तां ही शर्मिंदा होके आए आ ਨਹੀਂ ਮਾਮਾ ਐ ਨਹੀਂ ਹੁੰਦੀ ਗੱਲ ਕੋਈ ਸੋਨੇ ਦੀ ਨਹੀਂ ਹੁੰਦੀ ਸੋਨਾ ਤਾਂ ਹਰੇਕ ਦੀ ਪਿਆਰ ਹੁੰਦਾ ਕਰੇ ਇਹ ਤਾਂ ਮੋਹ ਪਿਆਰ ਦੀ ਗੱਲ ਹੁੰਦੀ ਐ ਇਹ ਬੰਦੇ ਨਾਲ ਇੱਜ਼ਤ ਮਾਨ ਨਾ ਪੇਸ਼ ਆਉ ਯਾਰ ਉਹ ਪੁੱਤ ਸਿਆਣੀ ਐ ਤੇਰੀ ਗੱਲ ਕਰ ਹੈ ਸਿਆਣੇ ਨਾਲ ਜਾਂ ਪੈਸੇ ਨਾਲ ਥੋੜਾ ਹੀ ਵਰਤਿਆ ਜਾਂਦਾ ਹੁੰਦਾ ਇਹਦਾ ਰਿਸ਼ਤੇ ਦਾ ਮੋਹ ਪਿਆਰ ਦੇ ਹੁੰਦੇ ਆ ਚੱਲ ਭਾਈ ਜੇ ਸਾਥੋਂ ਗਲਤੀ ਹੋਈ ਆ ਤਾਂ ਅਸੀਂ ਤਾਂ ਮਾਫੀ ਮੰਗਣ ਆਏ ਆ ਉਹ ਤਾਂ ਗੱਲ ਠੀਕ ਐ ਭਾਜੀ ਥੋਡੀ ਭੈਣ ਜੀ ਮੇਰੀ ਗੱਲ ਸੁਣੋ ਗਏ ਦੀ ਕਿੰਨੀ ਇਹਨੇ ਬੇਇੱਜ਼ਤੀ ਕੀਤੀ ਇਹਨਾਂ ਨੇ ਉਹ ਸਾਨੂੰ ਨਹੀਂ ਪਤਾ ਸੀ ਜੀ ਬੇਇੱਜ਼ਤੀ ਦਾ ਅਸੀਂ ਕਾਹਨੂੰ ਕੀਤੀ ਆ ਦਾ ਪੂਰਾ ਇੱਜ਼ਤ ਮਾਨ ਕਹਿੰਦੇ ਸੀ ਲੋਹੀ ਰਹੋ ਤੁਸੀਂ ਪਰ ਭਾਈ ਆਪ ਨਹੀਂ ਰਿਹਾ ਨਹੀਂ ਨਹੀਂ ਚੰਗੀ ਨਹੀਂ ਕੀਤੀ ਉਹ ਤੁਸੀਂ ਹਰ ਤਰੀ ਦਿਨਾਂ ਵੀ ਇਨਾਮ ਲਾਈ ਗਏ ਯਾਰ ਵੀ ਇਹਨੇ ਸਾਫ ਚੱਕ ਲਈ ਐਂ ਕਰ ਲੈ ਉਹ ਦੱਸੀ ਤਾਂ ਜਾਂਦੇ ਆ ਬਈ ਵੀ ਉਹ ਬੇਬੇ ਨੂੰ ਨਹੀਂ ਸੀ ਸਮਝ
ਉਹ ਜਿਵੇਂ ਬੋਲੀ ਗਈ ਬਸ ਬੋਲੀ ਗਈ ਪਰ ਹੁਣ ਬੇਬੇ ਨੂੰ ਅਕਲ ਆ ਗਈ ਉਹਨੇ ਆਪ ਕਿਹਾ ਗਾ ਕਿ ਕੋਈ ਨੀ ਮੈਂ ਜਾ ਕੇ ਆਊਂਗੀ ਫਿਰ ਤੋਂ ਮਾਫ਼ੀ ਮੰਗ ਕੇ ਆਊਂਗੀ ਉਹ ਬਾਕੀ ਪੁੱਤ ਐਂ ਹੁੰਦਾ ਹੈ ਕਹਿੰਦੇ ਹੁੰਦੇ ਆ ਨਾ ਧੀ ਦੇ ਕੇ ਪੁੱਤ ਲਿਆ ਹੁੰਦਾ ਉਹ ਸਾਨੂੰ ਤਾਂ ਉਹ ਤੋਂ ਪਿਆਰਾ ਤੂੰ ਹੈ ਤੇਰੀ ਬੇਇੱਜ਼ਤੀ ਕਿਉਂ ਕਰਾਂਗੇ ਸੱਦ ਕੇ ਅਸੀਂ ਉਹ ਚਲੋ ਠੀਕ ਆ ਕੋਈ ਗੱਲ ਨਹੀਂ ਮਾਮਾ ਉਹਦਾ ਤਾਂ ਪੁੱਤ ਸੁਭਾਅ ਹੀ ਇਹੋ ਜਿਹਾ ਹੈ ਜੇ ਉਹ ਕਿਸੇ ਲਾਇਕ ਦੀ ਹੁੰਦੀ ਮੈਂ ਟੁੱਟ ਕੇ ਥੋੜ੍ਹੀ ਬਹਿੰਦੀ ਉਹਦੇ ਨਾਲੋਂ ਇਹ ਤਾਂ ਜੁਗ ਜੁਗ ਜੀਵੇ ਮੇਰਾ ਭਤੀਜਾ ਜੀ ਨੇ ਬਰਤਨ ਲਾ ਤੇ ਅਤੇ ਤੁਹਾਡੇ ਨਾਲ ਬਰਤਨ ਲਾ ਗਿਆ ਇਹਦੇ ਮੂੰਹ ਨੂੰ ਤੁਸੀਂ ਮਾਫ਼ ਕਰ ਦਿਓ ਉਹਦੇ ਮੂੰਹ ਨੂੰ ਬੇਸ਼ੱਕ ਜਮ੍ਹਾਂ ਨਾ ਕਰੋ ਉਹੀ ਤਾਂ ਗੱਲ ਹੈ ਨਾਲੇ ਲਾਡੀ ਐਂ ਕਰ ਆ ਲੈ ਫੜਾ ਪਰਾਉਣੇ ਨੂੰ ਕਿਤੇ ਪਾ ਚੈਣ ਅਤੇ ਨਾਲੇ ਉਹ ਪਾ ਭੈਣ ਨੂੰ ਛਾਪ ਐਵੇਂ ਗੁੱਸਾ ਨਾ ਕਰੋ ਉੱਥੋਂ ਨਹੀਂ ਬਹੁਤ ਵੱਡਾ ਸਾਨੂੰ ਹੋਰ ਕੀ ਆ ਨਾਲੇ ਸਿਉਣੇ ਸੁੱਤਿਆਂ ਦੀ ਕੀ ਗੱਲ ਹੁੰਦੀ ਆ ਤੁਹਾਡੇ ਤੋਂ ਇਹਨੂੰ ਪਾਤੀ ਛਾਪ ਤਾਂ ਵੀ ਇੱਕ ਹੀ ਗੱਲ ਆ ਮੈਂ ਕਿਹਾ ਚੱਲ ਤੁਸੀਂ ਖਾਲੀ ਰਹਿ ਜਾਓਗੇ ਫਿਰ ਚੱਲ ਛੋਟੀ ਕਰਾ ਲਿਆ ਕੋਈ ਨਾ ਕੋਈ ਨਾ ਚੈਨ ਰਿਸ਼ਤੇਦਾਰ ਦੁਖਦੇ ਸੁਖਦੇ ਸੌ ਥਾਂ ਬਾਰੀ ਆ ਕੇ ਜਾ ਕੇ ਖੜਦਾ ਓਹੀ ਤੇ ਗੱਲ ਹੈ ਆਈ ਨੀ ਪਤਾ ਕਿਹੜਾ ਭੈਣ ਭਾਈ ਕਿਹੜੇ ਮੌਕੇ ਕੰਮ ਆ ਜੇ ਚੱਲ ਬਈ ਐਵੇਂ ਨਾ ਹੁਣ ਗੁੱਸਾ ਰੱਖੀ ਮਨ ਦੇ ਵਿੱਚ ਠੀਕ ਹੈ ਵੀ ਆਹਦਾ ਅਸੀਂ ਆਪਦੇ ਆਪ ਵੀ ਸ਼ਰਮਿੰਦਾ ਸੀਗੇ ਵੀ ਚੱਲ ਸਾਥੋਂ ਉਹਦੇ ਤੂੰ ਆਪ ਵੀ ਗੁੱਸੇ ਦੇ ਵਿੱਚ ਉਹਦੇ ਮੈਂ ਤਾਂ ਸ਼ਾਮ ਫੜ ਕੇ ਨਹੀਂ ਲੈ ਗਿਆ ਮੈਂ ਤਾਂ ਕਿੰਨਾ ਕਿਹਾ ਮੈਂ ਕਿਹਾ ਬਈ ਲੈ ਜਾ ਸ਼ਾਮ ਚੱਲ ਮਨ ਦਾ ਵੀ ਸਾਥੋਂ ਗਲਤੀ ਹੋ ਗਈ ਉਹਦੇ ਉਹ ਭੈਣੇ ਹੁਣ ਸਾਨੂੰ ਕੀ ਪਤਾ ਸੀਗਾ ਵੀ ਬੇਬੇ ਇੰਨਾ ਮਾੜਾ ਸੋਚੀ ਜੇ ਤੇਰੇ ਬਾਰੇ ਚੱਲ ਕੋਈ ਨਾ ਮੈਂ ਆਪ ਮਾਫ਼ੀ ਮੰਗਦਾ ਤੇਰੇ ਤੋਂ ਤੂੰ ਬਾਈ ਨੂੰ ਸਮਝਾਈ ਚੰਗਾ ਕੋਈ ਨਾ ਵੀਰੇ ਇਹਦੇ ਵਿੱਚ ਤੁਹਾਡੀ ਕੀ ਗਲਤੀ ਆ ਨਾਲੇ ਮੇਰੀ ਗੱਲ ਸੁਣੋ ਆਹ ਕਾਹਦੇ ਵਾਸਤੇ ਤੁਸੀਂ ਐਡਾ ਕਰਜ਼ਾ ਚੱਕਿਆ ਮੈਂ ਤਾਂ ਊਂ ਕਿਹਾ ਸੀ ਹਰਪ੍ਰੀਤ ਨੂੰ ਵੀ ਜੇ ਭਾਈ ਤੈਨੂੰ ਪਤਾ ਜਦੋਂ ਇਹਦੀ ਬੇਇੱਜ਼ਤੀ ਕੀਤੀ ਰਾਜਪਾਲ ਦੀ ਮੈਂ ਤਾਂ ਊਂ ਕਹਿਤਾ ਹਰਕ 'ਚ ਰਿਸ਼ਤੇਦਾਰ ਨੂੰ ਕਾਹਨੂੰ ਐਡਾ ਉਹ ਕਰਨਾ ਹੁੰਦਾ ਵੀ ਕੱਲੀ ਕੱਲੀ ਗੱਲ ਨਾ ਆਪਦੇ ਘਰੇ ਨੀ ਦੱਸੀ ਦੀ ਹੁੰਦੀ ਕੁਝ ਗੱਲਾਂ ਹੁੰਦੀਆਂ ਆਪਦੇ ਕੱਲੇ ਘਰ ਦੇ ਵਿੱਚ ਰੱਖੀ ਦੀ ਹੁੰਦੀ ਬਾਕੀ ਜੇ ਕੋਈ ਤੈਨੂੰ ਦੁੱਖ ਤਕਲੀਫ ਹੁੰਦਾ ਸਾਨੂੰ ਫੋਨ ਲਾ ਦਿਆ ਕਰ ਲਾਡੀ ਨੂੰ ਲਾ ਦੇ ਮੈਨੂੰ ਲਾ ਦੇ ਹੈ ਤੂੰ ਭੈਣ ਨੂੰ ਨਾ ਫੋਨ ਲਾਇਆ ਕਰ ਤੈਨੂੰ ਪਤਾ ਤਾਂ ਹੈ ਇਹ ਤਾਂ ਉਹੀ ਨਿੱਕੀ ਜੀ ਗੱਲ ਦਾ ਸੰਸਾ ਮੰਨ ਜਾਂਦੀ ਆ ਠੀਕ ਹੈ ਚੱਲ ਭਾਈ ਹੁਣ ਕਿਸੇ ਗੱਲ ਦਾ ਚੰਗਾ ਮਾੜੀ ਜੀ ਗੱਲ ਤੋਂ ਟੈਨਸ਼ਨ ਲੈ ਜਾਂਦੀ ਆ ਤੂੰ ਮਾੜਾ ਮੋਟਾ ਗੱਲ ਦਾ ਸਬਰ ਕਰਨਾ ਸਿੱਖ ਤੂੰ ਭੂਆ ਤੇ ਹੁਣ ਜਮਾਂ ਵੀ ਟੈਨਸ਼ਨ ਨਹੀਂ ਪਾਉਣੀ ਜੇ ਤੈਨੂੰ ਕੋਈ ਵੀ ਗੱਲ ਕੋਈ ਚੀਜ਼ ਚਾਹੀਦੀ ਆ ਤੂੰ ਚੁੱਪ ਚਾਪ ਮੈਨੂੰ ਫੋਨ ਕਰ ਤੇ ਹਰੇਕ ਚੀਜ਼ ਹਾਜ਼ਰ ਹੋਊਗੀ ਠੀਕ ਹੈ ਨਾ ਠੀਕ ਹੈ ਵੀਰੇ ਹੁਣ ਗੇੜਾ ਛੇੜਾ ਮਾਰਦੇ ਰਿਹਾ ਕਰੋ ਠੀਕ ਹੈ ਨਾ ਹੁਣ ਤਾਂ ਦੇਖ ਲੈ ਚੈਨ ਲਿਆਏ ਸਾਰਾ ਕੁਛ ਲਿਆਏ ਛਾਂਪ ਮੇਰੀ ਵੀ ਲਿਆਏ ਲੈ ਮੈਂ ਕਿਹੜਾ ਮੰਗੀ ਸੀ ਉਹਨਾਂ ਤੋਂ ਬਲਾਈ ਸ਼ਰਮ ਆਈ ਜਦੋਂ ਉਹਨਾਂ ਨੇ ਫੜਾਈ ਮੇਰੀ ਛਾਂਪ ਲਿਆ ਕੇ ਦਿੱਤੀ ਬਗੈਰ ਕਹੇ ਤੋਂ ਲੈ ਰੱਖ ਦੇ ਹੁਣ ਸਾਂਭ ਕੇ ਤੂੰ ਉਹ ਤਾਂ ਫਿਰ ਆਪਦੇ ਆਪ ਉਹਨਾਂ ਨੇ ਗੱਲ ਹੀ ਇਹ ਜੀ ਕੀਤੀ ਸ਼ਰਮਿੰਦਾ ਹੋਣ ਵਾਲੀ ਜੇ ਉਹਦੇ ਨਾਲ ਦੀ ਨਾਲ ਹੀ ਪਾਉਣ ਦੇ ਫਿਰ ਤਾਂ ਇੱਥੋਂ ਤੱਕ ਕਿਉਂ ਦੀ ਲੋੜ ਹੀ ਨਹੀਂ ਸੀ ਇਹ ਤਾਂ ਮਾਨ ਹੋ ਜਾਂਦਾ ਪੁੱਤ ਹੋਰ ਕੋਈ ਭੁੱਖਾ ਨਹੀਂ ਹੁੰਦਾ ਰਿਸ਼ਤੇਦਾਰ ਕਿਸੇ ਚੀਜ਼ ਦਾ ਬਸ ਠੀਕ ਆ ਜਿਹੜਾ ਕੁਝ ਹੋਇਆ ਸਹੀ ਹੋ ਗਿਆ ਚਲੋ ਚੱਲ ਚੰਗਾ ਕੋਈ ਨਾ ਹੁਣ ਤੁਸੀਂ ਐਂ ਕਰਿਓ ਤੁਸੀਂ ਬਾਗ ਜੋ ਗੇੜਾ ਮਾਰਿਆ ਏ ਚੱਲ ਚੰਗਾ ਪੁੱਤ ਆ ਸਾਂਭ ਕੇ ਰੱਖ ਦੇ ਗਵਾਂ ਨਾ ਦੇਈ ਤੇ ਨਾਲੇ ਝਾੜੂ ਜਿਹਾ ਮਾਰ ਲੈ ਚੱਲ ਕਰ ਲੋ ਕੰਮ ਤਾਂ ਹਾਂ ਕਰ ਲਾ ਮੜਾ ਜਿਹਾ ਹਸਪਤਾਲ ਹੁਣ ਵੀ ਦੇਖੇ ਮੰਮੀ ਗੁੱਸਾ ਕਰੀ ਬੈਠੇ ਨੇ ਹੁਣ ਤਾਂ ਉਹਨਾਂ ਨੇ ਚੈਨ ਲਿਆਤੀ ਉਹੀ ਤਾਂ ਗੱਲ ਹੈ ਬਸ ਇਹਦਾ ਦਿਮਾਗ ਹੀ ਇਹੋ ਜਿਹਾ ਕੁਛ ਨਹੀਂ ਹੁੰਦਾ ਤੇ ਤੁਸੀਂ ਗੇੜਾ ਮਾਰਿਆ ਏ ਚੰਗਾ ਚੱਲ ਆ ਜਾ ਚਾਹ ਦੀ ਘੁੱਟ ਮੈਂ ਕਰਦੇ ਤੂੰ ਆ ਲਾ ਝਾੜੂ ਜਿਹਾ ਸਾਂਭ ਕੇ ਰੱਖ ਦੀ ਚੈਨ ਤਾਂ ਸੋਹਣੀ ਲਿਆਏ ਨੇ ਆਹੀ ਘਰ ਦਾ ਲੱਗਦਾ ਮੈਨੂੰ ਤਾਂ ਜਿਹੜੇ ਹਿਸਾਬ ਨਾਲ ਉਹਨੇ ਦੱਸਿਆ ਸੀ ਉੱਚੇ ਜਿਹੇ ਗੇਟ ਵਾਲਾ ਚੱਲ ਦੇਖਦਾ ਜਾ ਕੇ ਬਾਜ ਮਾਰ
ਹੈਗਾ ਜੀ ਕੋਈ? ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਬਈ। ਮੈਨੂੰ ਬਾਈ ਨੇ ਭੇਜਿਆ ਸੀ ਉਹ ਪੈਸੇ ਲੈ ਕੇ ਜਾਣੇ ਸੀ। ਹਾਂ ਬਈ ਮੈਨੂੰ ਦੱਸਤਾ ਸੀ ਵੀਰੇ ਨੂੰ ਫੋਨ ਲਗਾ। ਆ ਜਾ ਬਈ ਅੰਦਰ ਆ। ਨਾ ਨਾ ਬਸ ਬਾਈ ਮੈਂ ਕਾਲੀ ਜਾਂ ਤੇ ਜਾਣਾ ਮੈਂ ਹਸਪਤਾਲ 'ਚ ਫਿਰ। ਲੈ ਬਈ ਪੈਸੇ ਤਾਂ ਅੰਦਰੋਂ ਆ ਕੇ ਫੜ ਕੇ ਲੈ ਜਾ ਹੁਣ। ਉਹ ਨਹੀਂ ਨਹੀਂ ਇੱਥੇ ਲਿਆ ਦੋ ਤੁਸੀਂ। ਆ ਜਾ ਬਈ ਆ ਜਾ ਕੋਈ ਨਹੀਂ। ਅੱਲੇ ਅੱਲੇ ਵੀਰੇ ਇਹਨਾ ਅੱਧੇ ਹੀ ਆ ਪੈਸੇ ਤੇ ਬਾਕੀ ਵੀਰੇ ਨੂੰ ਕਹਿ ਦਈ ਵੀ ਆਕਾਸ਼ ਤੋਂ ਮੈਂ ਗੂਗਲ ਪੇ ਕਰਵਾ ਦੂੰਗੀ। ਚੱਲ ਠੀਕ ਆ ਬਸ ਕੇਰਾ ਮੈਂ ਲੈ ਜਾਣਾ ਇੰਨੇ ਕਾ। ਚੱਲ ਕੋਈ ਨਹੀਂ ਭੈਣੇ ਤੁਸੀਂ ਨਾ ਘਬਰਾਓ ਆਪਰੇਸ਼ਨ ਤੋਂ ਬਾਅਦ ਹੋ ਜੂਗਾ ਬਾਪੂ ਠੀਕ ਚੰਗਾ। ਕੋਈ ਨਹੀਂ ਵੀਰੇ ਅਸੀਂ ਨਾਲ ਆ ਤੁਹਾਡੇ। ਆ ਦੇਖ ਚਾਚੀ ਬਣਾ ਲਈ ਵੀਡੀਓ। ਯਾ ਤਾਂ ਬਾਲੀਵੁੱਡ ਦੇ ਕੀਤਾ ਤੂੰ। ਆ ਵੀਡੀਓ ਦੇਖ ਕੇ ਤਲਾਡੀ ਭੜਕ ਹੀ ਜਾਊਗਾ। ਨਾ ਆਉਣਗੇ ਕਦੋਂ ਇਹ ਹੁਣ? ਆਉਣ ਵਾਲੀ ਹੋਣਗੇ। ਪਤਾ ਨਹੀਂ ਭੈਣੇ ਸਵੇਰ ਦੇ ਗਏ ਆ। ਆ ਜਾ ਬੂਆ ਬਾਟ ਵਾਲੀ ਸੀਗੀ ਪਾ ਕੇ ਅੱਧਾ ਕਰ ਲਟਾ। ਆ ਦੇਖ ਲਓ ਵੀ ਨਾਲ ਗਈ ਸੀ। ਚਾਚਾ ਬਹਿ ਜਾ। ਤੁਸੀਂ ਕਿਵੇਂ ਇੱਥੇ ਇਕੱਠੀਆਂ ਬੈਠੀਆਂ? ਲੈ ਹੁਣ ਮੱਚਦੇ ਹੋ ਸਾਡੇ ਤੇ ਬੈਠ ਵੀ ਨਹੀਂ ਸਕਦੀਆਂ ਇਕੱਠੀਆਂ। ਓਹੋ ਸਵੇਰ ਕੇ ਪੁੱਛਿਆ ਸੀ ਕਿਹੜਾ ਕੋਈ ਉਂ ਗੱਲ ਕਹਿਤੀ। ਲੈ ਬਹਿ ਜਾ ਪਾਣੀ ਲੈ ਕੇ ਆਵਾਂ। ਕੀ ਰਹਿਣੀ ਆ ਤੂੰ? ਤੈਨੂੰ ਜਵਾਕ ਨੇ ਉਂ ਪੁੱਛ ਲਿਆ ਐਡੀ ਕਿ ਤੇਰੇ ਗੋਲੀ ਮਾਰਤੀ। ਤੇ ਫੇਰ ਕੀ ਹੋ ਗਿਆ ਜੇ ਬਹਿ ਗਈ? ਇਹ ਗੱਲ ਪੁੱਛਣ ਦੀ ਕੀ ਲੋੜ ਸੀ? ਵੈਸੇ ਤੈਨੇ ਕਹਿ ਹੀ ਦਿੱਤਾ ਸੀ ਵੀ ਚਾਚੀ ਸਾਡੇ ਘਰੇ ਪੈਰ ਨਾ ਧਰੇ ਤਾਂ ਮੈਂ ਹੀ ਬਸ਼ਰਮਾ ਜਿਹੜੀ ਆ ਗਈ। ਚੱਲ ਕੋਈ ਨਹੀਂ ਜਵਾਕਾਂ ਦੀ ਗੱਲਾਂ ਨਹੀਂ ਸਿੰਦਰੇ ਗੁੱਸਾ ਕਰਦੇ ਹੁੰਦੇ। ਪੂਆ ਪਾਣੀ ਪੀ ਲੈ। ਮੈਂ ਤੈਨੂੰ ਪੀਣਾ ਪਤਾ ਪੀਲਾ ਬਣੇ ਨਾ। ਬਸ ਮੈਂ ਤੈਨੂੰ ਪੀਣਾ ਕੀ ਪਤਾ ਜੂਸ ਪੀਵੇ ਪੂਆ। ਜੂਸ ਕਰਕੇ ਲਿਆ ਦੋ। ਉਹ ਕੋਈ ਨਾ ਲਿਆ ਦਾਂਗੇ। ਕੋਈ ਬਾਹਰੋਂ ਅੰਦਰੋਂ ਆਇਆ ਬੰਦਾ ਦੇਖ ਲਿਆ ਕਰੋ। ਤੇ ਸਾਰੇ ਕੁਝ ਬੋਲੇ ਤਾਂ ਨਹੀਂ? ਨਾ ਨਾ ਕੁਝ ਨਹੀਂ ਬੋਲੇ। ਉਹ ਤਾਂ ਖੁਸ਼ ਹੋ ਗਏ ਵਧੀਆ। ਨਾਲੇ ਉਹ ਤਾਂ ਕਹਿੰਦੇ ਸੀ ਸਵੇਰ ਕੀ ਗੱਲ ਕਰੀ ਸੀ ਕੋਈ ਐ ਮੰਗ ਮੰਗ ਨਹੀਂ ਕਰੀ ਸੀਗੀ। ਚਲੋ ਕਹਿੰਦੇ ਚਲ ਵਧੀਆ ਕੀਤਾ ਤੁਸੀਂ ਫਿਰ ਵੀ ਫੜਾ ਗਏ। ਚਲ ਵਧੀਆ ਹੈ ਆਪਾਂ ਆਪਣੇ ਸਿਰੋਂ ਭਾਰ ਲਾਤਾ ਸਾਰਾ। ਚਲ ਕੋਈ ਨਹੀਂ ਪੁੱਤ ਸਵੇਰ ਨੂੰ ਮੇਲਾ ਨਾ ਦੇਣਗੇ ਹੁਣ ਜੀ ਨਾਨਕਿਆਂ ਨੇ ਮੇਰੇ ਪੁੱਤ ਨੂੰ ਖਾ ਲਿਆ ਤੇ ਤੋਤਾ ਸੱਸ ਨਹੀਂ ਕੋਈ। ਕੀ ਹੋਇਆ ਤੈਨੂੰ? ਵੀਰੇ ਮੈਂ ਵੀ ਤੈਨੂੰ ਇੱਕ ਗੱਲ ਕਰਨੀ ਸੀਗੀ। ਮਾੜਾ ਇੱਧਰ ਆਈ। ਸੁਣ ਲੈ ਕੀ ਕਹਿੰਦੀ ਹੈ ਕੁੜੀ। ਇੱਕ ਮਿੰਟ ਮਾਨ ਪਿਤਾ। ਹਾਂ ਕੀ ਹੋ ਗਿਆ? ਵੀਰੇ ਮਾੜਾ ਇੱਧਰ ਆ। ਉਹ ਕਿਹੜੀ ਗੱਲ ਹੈ ਜਿਹੜੀ ਇੱਥੇ ਨਹੀਂ ਦੱਸਣੀ? ਜ਼ਰੂਰੀ ਗੱਲ ਹੁੰਦੀ ਆ ਕੋਈ। ਹਾਂ ਦੱਸ। ਉਹ ਕੀ ਹੋ ਗਿਆ? ਮੈਂ ਤੇਰੇ ਨਾਲ ਗੱਲ ਕਰਨੀ ਆ ਬਹੁਤ ਜ਼ਰੂਰੀ। ਉੱਥੇ ਦੱਸ ਦਿੰਦੀ ਇੱਥੇ ਸਾਈਡ ਤੇ ਕਿਉਂ ਲੈਂਦਾ? ਵੀਰੇ ਮੈਂ ਤਾਂ ਤੈਨੂੰ ਕੱਲੀ ਨੂੰ ਦੱਸਦੇ ਨੂੰ ਸ਼ਰਮ ਆਉਂਦੀ ਹੈ। ਗੱਲ ਸਾਰੇ ਕਿਵੇਂ ਕਰਦੀ ਮੈਂ? ਕਿਉਂ ਇਹੋ ਜਿਹੀ ਕੀ ਗੱਲ ਆ? ਵੀਰੇ ਪਤਾ ਨਹੀਂ ਤੂੰ ਮੇਰੀ ਗੱਲ ਤੇ ਵਿਸ਼ਵਾਸ ਕਰੇਗਾ ਪਤਾ ਨਹੀਂ ਨਹੀਂ। ਜੇ ਵਿਸ਼ਵਾਸ ਕਰਨ ਵਾਲੀ ਗੱਲ ਹੋਈ ਤਾਂ ਵਿਸ਼ਵਾਸ ਵੀ ਕਰੂੰਗਾ। ਤੂੰ ਮੈਨੂੰ ਗੱਲ ਦੱਸ ਦੇ ਕੀ ਆ? ਵੀਰੇ ਭਾਬੀ ਬਾਰੇ ਗੱਲ ਹੈ। ਕੀ ਗੱਲ ਹੈ ਦੱਸ? ਵੀਰੇ ਭਾਬੀ ਦੀ ਨਾ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ। ਉਹ ਤੇਰਾ ਦਿਮਾਗ ਤਾਂ ਠੀਕ ਆ? ਕੀ ਗੱਲ ਕਰੀ ਜਾਂਦੀ ਹੈ? ਮੈਨੂੰ ਪਤਾ ਸੀ ਵੀਰੇ ਤੂੰ ਮੇਰੇ ਤੇ ਭਰੋਸਾ ਨਹੀਂ ਕਰਨਾ। ਸਬੂਤ ਦੇ ਨਾਲ ਹੀ ਬੋਲ ਰਹੀ ਆ। ਪਰ ਭਰੋਸੇ ਕਰਨ ਵਾਲੀ ਗੱਲ ਹੈਗੀ ਇਹ? ਭਾਬੀ ਹੈ ਤੇਰੀ ਉਹ, ਤੈਨੂੰ ਸ਼ਰਮ ਨਹੀਂ ਆਉਂਦੀ ਗੱਲਾਂ ਬਣਾਉਂਦੀ ਨੇ ਉਹਦੀਆਂ? ਵੀਰੇ ਕਿਉਂ ਨਹੀਂ ਸਮਝਦਾ? ਕਿਉਂ ਤੇਰੇ ਅੱਖਾਂ ਤੇ ਉਹਦੇ ਪਿਆਰ ਦਾ ਪਰਦਾ ਪਿਆ? ਤੈਨੂੰ ਪਤਾ ਉਹ ਤੈਨੂੰ ਲੁੱਟੀ ਜਾਂਦੀ ਆ, ਘਰੋਂ ਪੈਸੇ ਚੱਕ ਚੱਕ ਕੇ ਉਹਦੇ ਆਸ਼ਕ ਨੂੰ ਦੇ ਰਹੀ ਆ ਉਹ। ਅੱਛਾ ਕੀ ਪ੍ਰੂਫ ਆ ਤੇਰੇ ਕੋਲੇ? ਹੈ ਅੱਜ ਤੱਕ ਤਾਂ ਕਦੇ ਇਹ ਜੀ ਗੱਲ ਹੋਈ ਨਹੀਂ ਨਾ, ਹੁਣ ਦੋ ਤਿੰਨ ਦਿਨਾਂ ਦੇ ਵਿੱਚ ਆ ਕੀ ਗੱਲ ਹੋਣ ਲੱਗ ਗਈਆਂ? ਵੀਰੇ ਜੇ ਪ੍ਰੂਫ ਆਣਾ ਤਾਂ ਹੀ ਬੋਲ ਰਹੀ ਆ, ਨਹੀਂ ਮੈਂ ਬੋਲਦੀ ਨਹੀਂ ਸੀ। ਖੜ ਜਾ ਤੈਨੂੰ ਮੈਂ ਦਿਖਾਨੀ ਆ ਵੀਡੀਓ। ਜੇ ਗੱਲ ਝੂਠੀ ਹੋਈ ਨਾ ਤਾਂ ਦੇਖ ਲਈ ਮੈਥੋਂ ਬੜਾ ਕੋਈ ਨਹੀਂ। ਦੇਖ ਅੱਖੀ ਦੇਖੀ ਹੋਈ ਚੀਜ਼ ਤਾਂ ਨਹੀਂ ਗਲਤ ਹੋ ਸਕਦੀ। ਆ ਦੇਖ ਜਾਣ ਤੂੰ ਇਹ ਮੁੰਡੇ ਨੂੰ, ਦੇਖੀ ਕਿਵੇਂ ਪੈਸੇ ਫੜਾਊਗੀ ਹੁਣ ਇਹਨੂੰ। ਕੌਣ ਆ ਇਹ? ਤੈਨੂੰ ਦੱਸਿਆ ਹੋਣਾ ਕਿਹਨੂੰ ਪੈਸੇ ਫੜਾਉਣੇ ਨੇ? ਪਤਾ ਨਹੀਂ ਮੂੰਹ ਲਪੇਟਿਆ ਪਿਆ। ਕੌਣ ਆ ਇਹ? ਮੈਂ ਨਹੀਂ ਜਾਣਦਾ। ਵੀਰੇ ਤੂੰ ਗੱਲ ਤੇ ਐਂ ਕਰ ਰਿਹਾ ਜਿਵੇਂ ਕੋਈ ਮੇਰੇ ਨਾਲ ਲੱਗਦਾ ਹੋਵੇ। ਭਾਬੀ ਦਾ ਆਸ਼ਕ ਉਹਨੂੰ ਹੀ ਪੁੱਛ ਜਾ ਕੇ। ਜੇ ਗੱਲ ਸੱਚ ਆ ਨਾ ਦੇਖੀ ਫਿਰ ਹੁਣ ਕੀ ਬਣਦਾ। ਤੁਸੀਂ ਹਾਏ ਤਾਂ ਹੈਗੇ ਹੋ ਬੁਲਬੁਲੀਆਂ ਦਵਾਉਣ ਨੂੰ, ਸੋਡਾ ਕਰਿਆ ਧਰਿਆ ਹੀ ਆ ਸਾਰਾ ਇਹ। ਮਨਪ੍ਰੀਤ ਉਹ ਕੀ ਗੱਲ ਹੋ ਗਈ? ਉਹ ਕੀ ਕਹਿਤਾ ਕੁੜਕੇ? ਉਹ ਜਵਾਕਾ ਕੀ ਗੱਲ ਆ? ਕਿਉਂ ਮਾਰੀ ਇਹਨੇ ਕੁੜੀ ਦੇ? ਨਾ ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਮੈਂ ਘਰੇ ਹੈ ਨਹੀਂ ਸੀ ਇਹਦਾ ਕੀ ਮਤਲਬ ਇੱਥੇ ਜਣਾ ਖਣਾ ਆ ਕੇ ਵੜੂਗਾ? ਓਏ ਕੀ ਬੋਲੀ ਜਾਂਦਾ? ਉਹ ਚਾਚਾ ਮੇਰੀ ਗੱਲ ਸੁਣ ਲਾ, ਪਤਾ ਨਹੀਂ ਕੌਣ ਸੀ ਕੌਣ ਨਹੀਂ ਘਰੋਂ ਪੈਸੇ ਦਿੰਦੀ ਆ ਉਹਨਾਂ ਨੂੰ। ਮੈਂ ਇਹਦੀ ਵੀਡੀਓ ਦੇਖ ਕੇ ਆਇਆ ਹੁਣ ਇਹਦੇ ਫੋਨ ਦੇ ਵਿੱਚ। ਦਿਖਾਈ ਵੀਡੀਓ। ਆਹ ਦੇਖ ਲਓ ਚਾਚਾ ਜੀ, ਮਾੜੀ ਗੱਲ ਆ ਭਾਈ ਤੇਰੀ ਇਹ ਤਾਂ। ਲੈ ਪਤਾ ਹੀ ਨਹੀਂ ਸੀ ਆਪਾਂ ਨੂੰ ਤਾਂ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਘਰੇ। ਲੈ ਹੈ ਆ ਦੱਸ ਕੀ ਹੈ ਕੌਣ ਆ ਇਹ? ਆਕਾਸ਼ ਪਹਿਲਾਂ ਮੇਰੇ ਗੱਲ ਸੁਣ ਲੈ। ਮੈਂ ਕੋਈ ਗੱਲ ਨਹੀਂ ਸੁਣਨੀ, ਠੀਕ ਹੈ ਨਾ? ਚੁੱਪ ਕਰ ਜਾ। ਕਿੰਨੇ ਪੈਸੇ ਫੜਾਏ ਇਹਨੂੰ? ਉਹ ਕੁੜੀਏ ਤੈਨੂੰ ਕਿੰਨਾ ਸਿਆਣਾ ਸਮਝਦੇ ਸੀ ਅਸੀਂ, ਹੈ ਆ ਭਾਈ ਕੀ ਕਰੀ ਜਾਨੀ ਆ ਤੂੰ? ਚਾਚਾ ਜੀ ਪਹਿਲਾਂ ਮੇਰੀ ਪੂਰੀ ਗੱਲ ਤਾਂ ਕੀ ਗੱਲ ਹੀ ਗੱਲ ਸੁਣਨੀ ਆ ਤੇਰੀ? ਚਾਚੀ ਤਾਂ ਸ਼ੁਕਰ ਕਰ ਮੈਂ ਘਰੇ ਸੀ, ਪਤਾ ਨਹੀਂ ਆ ਖੇਲ ਹੋਰ ਕਿੰਨਾ ਕੁ ਟਾਈਮ ਚੱਲਦਾ, ਪਤਾ ਨਹੀਂ ਹੋਰ ਕਿੰਨੇ ਅਗਲੇ ਪੈਸੇ ਖਵਾਉਂਦੀ ਘਰ ਖਵਾਤਾ ਨੇ ਸਾਰਾ ਆਪਦਾ ਬਣਾਤਾ ਰਹਿੰਦੀ ਕੁਛ ਸਿਰ ਖੇ ਪਾਤੀ ਇਹਨੇ। ਹਾਂ ਮੈਂ ਨਾ ਤੇਰੇ ਤੇ ਬਹੁਤ ਵਿਸ਼ਵਾਸ ਕਰਦਾ ਸੀ ਮਨਪ੍ਰੀਤ,
तेरे पिछे ना मैं आपकी मां दे नाल ते भैन नाल ते चाची नाल भी लड़ रहा तेन पता ना इस गल का पर मैनू नहीं पता सी कि तू आ गुण खिलाउंदी होएगी पिछे मैंने तो पहला ही शक सी पई है मैं तो कदे बोली नहीं हुई आकाश सर की शर्म नहीं आती हले भी बुरे बोली जानी है नहीं कोई नहीं इनू आदी गल ता कर ले तू आ बस कर साडे घर दा मामला तू ना बोल विच पुआ पता की है तेरे भाई है विश्वास करके मैं खट लिया दस अज मैं 5-10 मिनट की घरों बाहर गया पिछो तू घरों पैसे चक चक फड़ाउन लग गई आया तू मेरा घर खाली कर देंगी मैनू नहीं चाहिए थी। आ बने हाथ तेरे बुरे जे मैं गल कल सुनी हुंदी ना तां ओह गल वखरी सी मैं अपने अखी देख के आया ठीक है ना समझ गई गल मेरी नू चल तुर जा इथों तुसी सारे सच्चे हो मैं ही कल्ली झूठी हां मेरी गल सुन छोरा तोरे दे पेके फिर गल करांगे कोई गल नहीं जान दे चाचा मैं नहीं रख के राजी कोई गल इन्हां दे घर दे नाल गल करांगे जिहड़ी अपना ना ही खराब करी जांदी है पानी पूनी दवा मैं सांभो भाई इहनू कोई नहीं गुस्सा ना करी देखिया चाची फिर लग गई ना स्कीम मेरी तुस तो मेनू हुण दस्या सी अद्धे दिन से उहनू किवें टिंड फोड़े चका के भजाया नहीं मैनू तेरे ते यकीन सीगा तां ही तेरी मां नू किद्दे दी कही जांदी सी कुड़ी नू सद ला ओह करूगी कोई हल मेन पहला ही दसता मेन तो ना गुस्सा ही वाह आना देख देख के खिचड़ी भूआ का मुंह तो ना देख के मेनू इन्नी भैड़ी लगती है इन्नी भैड़ी लगती है ना मनप्रीत ना करो एक पास आकाश का आपा कोई होर कुड़ी देख दे मैं वधिया रिश्ता कराऊंगी कुड़ी जमा अपने पास च होगी एहो जी कुड़ी दा रिश्ता करवाऊंगी तू इहदे नाल तलाक करा दे होर मम्मी देख ले तू मेरे व्याह वाले नहीं सुनी चाची दी ना तू सुनी आकाश दे व्याह वाले हुण चाची दी सुन ली तू चल कोई नहीं जिवें इह कहिंदी आ पौवें कर लांगे होर मम्मी भी आप हदूरियां करन लग जांदी आ पर मैनू नहीं लगदा वी एडी छेती उहदा खेड़ा छड्डूगा ओही कहनी आ मेरी गल सुन तू दो दिन ना होर रह ना तां तू फोन चक्कण दे ना इहनू गल करन दे हजे उत्ते फूस होर पाई जा फेर ही गल आया वी होर भड़कूगी कोई गल नहीं चाची हुण तू टेंशन ना ले हुण मैं जाना मेरा काम जाने हुण तो भैड़ी बुथी वाली नूं ना घरे नहीं बड़न दिंदी मैं सही क्या मैं तां आप एक कख नहीं पाउंदी सी कि जमी होर चाची पता तैनूं मैनूं की कहिंदी सी कहिंदी मैं तां तैनूं कोई टूम छल्ला दिंदी नहीं हैगी कर ली जो तू कुछ करना देखिया कर लिया फिर मैं ना तू ओह कौन हुंदी आ असीं देवांगे तैनूं वड्डी आई तू नहीं दिंदी नाले जिन्ना चिर मैं बैठी हाँ ओना चिर तेरा पूरा हक है इत्थों चीज भी ले जाण दा ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਤੂੰ ਮੈਨੂੰ ਦੱਸ ਮੈਂ ਆਪੇ ਆਕਾਸ਼ ਤੋਂ ਦਵਾਉਂਗੀ ਤੁਸੀਂ ਛੱਡੋ ਸਾਰੀਆਂ ਗੱਲਾਂ ਨਹੀਂ ਖੁਸ਼ੀ ਵਾਲੀ ਗੱਲ ਆ ਕੁਝ ਮਿੱਠਾ ਲੈ ਕੇ ਆਉਣੀ ਤੁਹਾਡੇ ਵਾਸਤੇ ਲਿਆ ਲਿਆ ਚਾਚੀ ਮੇਰੇ ਤਾਂ ਆਪਣਾ ਮਿੱਠਾ ਖਾਂਦਾ ਹੋੜਕਾ ਤੋਂ ਉੱਠੀ ਜਾਂਦਾ ਸੀਗਾ ਤੈਨੂੰ ਪਤਾ ਹੈਗਾ ਮੈਂ ਮੈਨੂੰ ਮਿੱਠਾ ਖਾਣਾ ਵਧੀਆ ਲੱਗਦਾ ਚੱਲ ਕੋਈ ਨਹੀਂ ਆ ਲਿਆਉਂਦੀ ਆ ਹੁਣ ਤੇਰੀ ਚਾਚੀ ਖਾ ਲਈ ਹਾਏ ਮੰਮੀ ਆਰਾਮ ਆ ਗਿਆ ਸੌਣ ਲੱਗੇ ਆ ਤੇਲ ਆਇਆ ਕਰਵਾਉਣਾ ਮੁੱਠਾ ਸਾਰਾ ਦਿਨ ਸੁੱਕੇ ਪਾ ਰਹੀ ਤਾਂ ਹੀ ਤੇਰਾ ਸਿਰ ਦੁਖਦਾ ਤੇਰਾ ਚੱਲ ਕੋਈ ਗੱਲ ਨਹੀਂ ਹੁਣ ਤੇਰੇ ਕੋਲੇ ਨਾ ਲਾ ਦੀ ਤੇਲ ਪੂਆ ਪੂਆ ਕੀ ਕਰਦਾ ਫਿਰੀ ਜਾਂਦਾ ਬੇਬੇ ਹਾਂ
ਭੂਆ ਨਹੀਂ ਦੇਖੀ? ਨਾ ਭਾਈ ਮੈਂ ਤਾਂ ਆਪ ਨਹੀਂ ਦੇਖੀ ਸਵੇਰ ਦੀ। ਨਾ ਵੀਰੇ ਹੁਣ ਅਸੀਂ ਭੂਆ ਦੇਖਣ ਨੂੰ ਹੀ ਰਹਿ ਗਏ ਇਕੱਲੇ। ਓਹੋ ਮੈਂ ਕਿਹਾ ਕੀ ਪਤਾ ਪਤਾ ਹੋਵੇ ਕੁਛ ਦੱਸ ਕੇ ਗਈ ਹੋਵੇ ਆਸੇ ਪਾਸੇ ਪਿੰਡ 'ਚ। ਚਾਚੀ ਬਹੁਤ ਜ਼ਿਆਦਾ ਖਰਾਬ ਆ, ਉਹ ਤਾਂ ਡਰਦੀ ਆ ਉਹ ਤੋਂ ਬਹੁਤ ਜ਼ਿਆਦਾ। ਤੇ ਕਿੱਥੇ ਹੋਈ ਉਹ? ਮੈਨੂੰ ਲੱਗਦਾ ਕਿਤੇ ਪਿੰਡ ਤਾਂ ਨਹੀਂ ਵੱਗ ਗਈ। ਹਾਂ ਮੈਨੂੰ ਤਾਂ ਲੱਗਦਾ ਵੱਜ ਗਈ ਆਪਦੇ ਆਪ। ਮੈਨੂੰ ਤਾਂ ਲੱਗਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਵੱਜ ਗਏ ਆਪਣੇ। ਕੀ ਹੋ ਗਿਆ ਵੀਰੇ? ਕੁਛ ਨਹੀਂ, ਆਂਢ ਗਵਾਂਢ 'ਚ ਵੀ ਦੇਖ ਆਉਂਦੀ, ਉੱਥੇ ਵੀ ਹੈ ਨਹੀਂ। ਅਤੇ ਚਾਚੇ ਕੇ ਮੈਨੂੰ ਪਤਾ ਭੂਆ ਜਾਂਦੀ ਨਹੀਂ ਇਕੱਲੀ, ਉੱਥੇ ਮੈਨੂੰ ਨਾਲ ਹੀ ਲੈ ਕੇ ਜਾਂਦੀ ਹੁੰਦੀ ਹੈ। ਉਹ ਗਈ ਤਾਂ ਗਈ ਕਿੱਥੇ? ਹੋ ਸਕਦਾ ਤਾਂ ਪਿੰਡ ਨਾਲ ਵੱਗ ਗਈ ਹੋਵੇ, ਆਪਾਂ ਨੂੰ ਨਾ ਦੱਸਿਆ ਹੋਵੇ ਕੁਛ। ਭੂਆ ਉੱਥੇ ਕਿਵੇਂ ਜਾ ਵੜੂਗੀ? ਨਹੀਂ ਜਾ ਸਕਦੀ ਕਿ ਮੈਂ ਦੇਖ ਕੇ ਆਵਾਂ? ਬਹੁਤ ਪੰਗੇ ਖੜੇ ਹੋ ਗਏ ਸੀ। ਉਹ ਕੋਈ ਗੱਲ ਨੀ, ਤੂੰ ਅੱਜ ਕੰਮ ਕਰ, ਜੇ ਥੋੜੇ ਟਾਈਮ ਤੱਕ ਨਹੀਂ ਆਈ ਫੇਰ ਵਗ ਜੀ, ਜਾ ਤੂੰ ਕੰਮ ਕਰ ਲਾ। ਚੱਲ ਕੋਈ ਨੀ, ਮੈਂ ਜਾ ਕੇ ਦੇਖ ਕੇ ਆਉਣਾ। ਤੁਸੀਂ ਤਾਂ ਮੈਨੂੰ ਪਤਾ ਹਰ ਗੱਲ 'ਚ ਨੰਨਾ ਹੀ ਪਾਉਣਾ ਹੁੰਦਾ। ਅਸੀਂ ਤੇਰੇ ਨੰਨਾ ਨੀ ਪਾਉਂਦੀਆਂ ਗਈਆਂ, ਤੈਨੂੰ ਇਹ ਕਹਿੰਦੀ ਆਪਦਾ ਕੰਮ ਵੀ ਕਰ ਲਾ, ਕੱਲਾ ਕਦੇ ਭੂਆ ਮਗਰ ਤੇ ਕਦੇ ਮਨਪ੍ਰੀਤ ਮਗਰ, ਤੇਰੇ ਕੋਲ ਤਾਂ ਆਹੀ ਕੁਛ ਰਹਿ ਗਈਆਂ ਦੋ ਜਣੀਆਂ ਬਸ। ਤੇ ਕੋਈ ਨੀ ਕਰ ਲਊਗਾ ਕੰਮ ਵੀ ਮੈਂ ਮਨਪ੍ਰੀਤ ਨਾਲ, ਤਾਂ ਹੁਣ ਮੈਂ ਤੁਹਾਨੂੰ ਨਵੇੜਾ ਕਰ ਹੀ ਦਿੱਤਾ, ਤੁਹਾਡੇ ਸਾਹਮਣੇ ਹੀ ਆ, ਭਜਾਤੀ ਨਾ ਕਰੇ ਬਸ ਜਾ ਵੜੂਗੀ। ਮੈਂ ਤਾਂ ਉਹਨੂੰ ਫੋਨ ਵੀ ਨਹੀਂ ਲਾਇਆ, ਹੁਣ ਤਾਂ ਖੁਸ਼ ਹੋ ਤੁਸੀਂ? ਵਧੀਆ ਹੋ ਗਿਆ ਨਹੀਂ ਫੋਨ ਲਾਇਆ ਤਾਂ। ਹੋਰ ਵੀਰੇ ਜੇ ਤੂੰ ਫੋਨ ਲਗਾਏਗਾ ਵੀ ਤੇ ਤੂੰ ਅੱਖੀ ਦੇਖ ਕੇ ਮੱਖੀ ਨਿਕਲੇਗਾ। ਫਿਰ ਤਾਂ ਹੀ ਤਾਂ ਕਹਿੰਦਾ ਵੀ ਮੈਨੂੰ ਤੇਰੇ ਤੇ ਵਿਸ਼ਵਾਸ ਸੀ। ਚੱਲ ਠੀਕ ਹੈ, ਤੂੰ ਭੈਣ ਆ ਮੇਰੀ, ਇੰਨਾ ਖਿਆਲ ਰੱਖਿਆ ਆਪਣੀ ਘਰ ਦੀ ਇੱਜ਼ਤ ਦਾ, ਇਹੀ ਬਹੁਤ ਹੈ। ਬਸ ਠੀਕ ਹੈ, ਹੁਣ ਮੈਂ ਤਾਂ ਭੂਆ ਨੂੰ ਤਾਂ ਭਾਲ ਲਾ, ਉਹ ਤਾਂ ਨਹੀਂ ਕੁਛ ਮਾੜਾ ਕਰਦੀ ਫਿਰਦੀ ਆਪਣਾ। ਚੱਲ ਦੇਖ ਲੈ ਭਾਈ ਜਿਵੇਂ ਤੈਨੂੰ ਚੰਗਾ ਲੱਗਦਾ ਕਰ। ਜਾ ਵੀਰੇ ਵਗ ਜਾ। ਤਾਂ ਮੈਂ ਭਾਲ ਕੇ ਆਉਣਾ ਭੂਆ ਨੂੰ, ਦੇਖ ਕੇ ਆਉਣਾ ਘਰੇ। ਚੰਗਾ ਚੰਗਾ। ਇਹ ਵੀ ਨਾ ਭੂਆ ਦੇ ਮਗਰ ਬਾਲਾ ਲੱਗਿਆ ਹੋਇਆ, ਕਿਵੇਂ ਨਾ ਕਿਵੇਂ ਕਰਕੇ ਭੂਆ ਦੇ ਮੋਕ ਟਾਈਏ। ਸਾਰੀ ਦਿਹਾੜੀ ਭੂਆ ਭੂਆ ਲਾਈ ਰੱਖਦਾ ਗਾ, ਹੋਰ ਕੋਈ ਕੰਮ ਨਹੀਂ ਇਹਨੂੰ। ਚੱਲ ਕੋਈ ਨਾ, ਤਾਂ ਮੈਨੂੰ ਕਦੇ ਪੁੱਛਿਆ ਵੀ ਭਾਈ ਤੈਨੂੰ ਦਵਾਈ ਬੂਟੀ ਜਾਂ ਤੈਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈਗੀ? ਸਾਰੀ ਦਿਹਾੜੀ ਭੂਆ 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 ਆਹੀ ਕੁਛ ਉਹਦੇ ਕੋਲ ਤਾਂ। ਚੱਲ ਕੋਈ ਗੱਲ ਨਹੀਂ ਮੰਮੀ, ਮੇਰਾ ਤਾਂ ਲਹੂ ਪੀ ਲਿਆ ਇਹਨਾਂ ਨੇ। ਇੱਕ ਵਾਰ ਤਾਂ ਭੂਆ ਆਪਦੀ ਮਰਜ਼ੀ ਨਾਲ ਗਈ ਨਾ ਕਰੋ, ਕੋਈ ਗੱਲ ਨਹੀਂ ਜੇ ਵੀਰਾ ਲੈ ਵੀ ਆਏ ਆਪਾਂ ਫੇਰ ਭਜਾ ਦਾਂਗੇ। ਮੈਂ ਤਾਂ ਕਹਿੰਦੀ ਵਧੀਆ ਹੋ ਗਿਆ ਜਿਹੜੀ ਬਾਗੀ ਇੱਥੋਂ, ਹੁਣ ਜੇ ਇਹ ਜਾਵੇ ਇਹਨਾਂ ਨੂੰ ਲੈਣ ਵਾਸਤੇ ਤੂੰ ਆਪਦੇ ਆਪ ਹੀ ਜਵਾਬ ਦੇ ਦੇ। ਉਹ ਜੇ ਆ ਵੀ ਗਈ ਤੂੰ ਕਿਉਂ ਟੈਨਸ਼ਨ ਲਿੱਤੀ ਆ? ਹੈਗੀ ਆ ਨਾ ਮੈਂ, ਹੈਗੀ ਆ ਹਲੇ ਦੋ ਚਾਰ ਦਿਨ, ਠੀਕ ਹੈ ਟੈਨਸ਼ਨ ਨਾ ਲੈ ਤੂੰ। ਹਾਂ ਤਾਂ ਮੈਨੂੰ ਪਤਾ ਹੈਗਾ ਤੂੰ ਬਥੇਰਾ ਇਹ ਹੱਲ ਕਰ ਦੇਂਗੀ ਮੇਰਾ,